ਸਤਿਗੁਰ ਪੂਰਾ ਪੇਟਿਆ ਸਤਿਗੁਰ ਪੂਰਾ ਪੇਟਿਆ ਜਿਨ ਬਣਤ ਬਣਾਈ ਜਿਨ ਬਣਤ ਬਣਾਈ ਰਾਮ ਨਾਮ ਔਖਦ ਦਿਆ ਰਾਮ ਨਾਮ ਔਖਦ ਦਿਆ ਰੱਖ ਲੀਏ ਤਿੰਨ ਰੱਖਣਹਾਰ ਹਾਂ ਰੱਖ ਲੀਏ ਤਿੰਨ ਰੱਖਣਹਾਰ ਹਾਂ ਰੱਖ ਲੀਏ ਤਿੰਨ ਰੱਖਣਹਾਰ ਸਭ ਵਿਆਦ ਮਿਟਾਈ ਸਭ ਵਿਆਦ ਮਿਟਾਈ ਕਹੋ
ਰਾਮ ਨਾਮ ਮਨ ਲਾਗ
ਜਾਏ ਕਰ ਪਾਗ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਹੱਥ ਦੇ ਰੱਖੇ ਆਪਣੇ ਕੋ ਹੱਥ ਦੇ ਰੱਖ ਆਪਣੇ ਕੋ ਸਾਸ ਸਾਸ ਪ੍ਰਤ ਪਾਨੇ
ਵਾਲੀ ਹੋਸ਼ੀਆਂ ਸਿਮਰਤ ਵੇਦ ਪੁਰਾਨ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਸ਼ੀਆਂ ਨਾਮ ਸਿਮਰਤ ਵੇਦ ਪੁਰਾਨ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਸ਼ੀ ਤੇ ਅਸੀਂ ਕਿਵੇਂ ਬੇਖਬਰ ਫਿਰ ਰਹੇ ਹਾਂ। ਸਭ ਕੁਝ ਸੁਣ ਕੇ ਵੀ ਇਹ ਅੱਖਰ ਕਦੇ ਮਨ ਵਿੱਚ ਵਸਾਉਣ ਦਾ ਯਤਨ ਨਹੀਂ ਕਰਦੇ। ਚਾਰ ਪੁਕਾਰੇ ਨਾ ਤੂੰ ਮਾਨੇ, ਚਾਰ ਵੇਦ ਵੀ ਪੁਕਾਰ ਪੁਕਾਰ ਇਹ ਸੁਮਤੀ ਦੇ ਰਹੇ ਹਨ ਕਿ ਐ ਮਨੁੱਖ ਤੂੰ ਨਾਮ ਜਪਣ ਲਈ ਸੰਸਾਰ ਤੇ ਆਏ, ਸੇਵਾ ਔਰ ਸਿਮਰਨ ਕਰਨ ਲਈ ਤੈਨੂੰ ਸੋਹਣਾ ਮਨੁੱਖਾ ਜਨਮ ਪ੍ਰਾਪਤ ਹੋਏ। ਹਜ਼ੂਰ ਦਾ ਬਚਨ ਹੈ ਚਾਰ ਪੁਕਾਰੇ ਨਾ ਤੂੰ ਮਾਨੇ, ਖੱਟ ਵੀ ਏਕਾ ਬਾਤ ਬਖਾਨੇ, ਛੇ ਸ਼ਾਸਤਰ ਵੀ ਤੈਨੂੰ ਇਹੀ ਪੁਕਾਰ ਪੁਕਾਰ ਕਹਿ ਰਹੇ ਹਨ। ਭਈ ਇਹਨਾਂ ਅਮੋਲਕ ਹੀਰੇ ਲਾਲਾਂ ਤੋਂ ਮਹਿੰਗੇ ਸਵਾਸਾਂ ਦੇ ਨਾਲ ਨਾਮ ਦੇ ਲਾਲਾਂ ਦਾ ਵਣਜ ਕਰ ਲੈ ਬਈ, ਇਹ ਮੁੜ ਕੇ ਹੱਥ ਨਹੀਂ ਆਉਣਗੇ। ਜਿਹੜਾ ਜਲ ਨਦੀ ਤੋਂ ਲੰਘ ਜਾਂਦਾ ਉਹ ਮੁੜ ਕੇ ਕਦੇ ਨਹੀਂ ਆਇਆ ਕਰਦਾ, ਜਿਹੜਾ ਦੁੱਧ ਥਣਾ ਤੋਂ ਬਾਹਰ ਆ ਜਾਵੇ ਉਹ ਮੁੜ ਕੇ ਨਹੀਂ ਜਾਂਦਾ। ਇਸ ਲਈ ਇਹ ਅਮੋਲਕ ਸਵਾਸ ਜਾਈ ਨਾ ਗਵਾਓ। ਚਾਰ ਪੁਕਾਰੇ ਨਾ ਤੂੰ ਮਾਨੇ, ਖੱਟ ਵੀ ਏਕਾ ਬਾਤ ਬਖਾਨੇ, ਚਾਰ ਵੇਦ ਵੀ ਤੈਨੂੰ ਪੁਕਾਰ ਦੇ ਰਹੇ, ਛੇ ਸ਼ਾਸਤਰ ਵੀ ਤੈਨੂੰ ਸੁਮਤੀ ਦੇਂਦੇ ਰਹੇ, ਫਿਰ ਦਸ ਅਸਤੀ ਮਿਲ ਏਕੋ ਕਿਹਾ,
10 ਤੇ 8 18 ਪੁਰਾਣ ਵੀ ਤੈਨੂੰ ਇਹੀ ਪ੍ਰੇਰਣਾ ਦਿੰਦੇ ਹਨ ਬਈ ਅਮੋਲਕ ਸਵਾਸਾਂ ਦੇ ਨਾਲ ਸਿਮਰਨ ਕਰ ਲੈ, ਸੇਵਾ ਕਰ ਲੈ, ਤੇਰਾ ਸੰਸਾਰ ਤੇ ਆਇਆ ਸਫਲ ਹੋ ਜਾਵੇ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਬਈ ਫਿਰ ਮੁੜ ਕੇ ਵੀ ਇਸ ਗੱਲ ਨੂੰ ਵਿਚਾਰ ਲੈ ਕਿ ਨਾਮ ਬਿਨਾਂ ਸਭ ਕੂੜ ਗਾਲੀ ਹੋਸ਼ੀਆਂ, ਨਾਮ ਤੋਂ ਬਿਨਾਂ ਤੇਰੇ ਜਿਤਨੇ ਕੰਮ ਹਨ ਇਹ ਹੋਸ਼ੇ ਕੰਮ ਹਨ, ਇਹ ਤੇਰੇ ਕਿਸੇ ਕੰਮ ਆਉਣ ਵਾਲੇ ਕੰਮ ਨਹੀਂ। ਇਸ ਲਈ ਗੁਰੂ ਅਰਜਨ ਦੇਵ ਪਾਤਸ਼ਾਹ ਵਿਸਰ ਨਹੀਂ, ਆਪ ਕਹਿੰਦੇ ਨੇ ਹੇ ਵਾਹਿਗੁਰੂ ਮੈਨੂੰ ਕਦੇ ਵੀ ਤੂੰ ਵਿਸਰ ਨਾ, ਬਸ ਇਹ ਦਾਨ ਮੇਰੀ ਝੋਲੀ ਵਿੱਚ ਪਾ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦਿਓ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦਿਓ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਨਾਨਕ ਜਾਵੇ ਹੋ ਵਿਸਰਨਾ। ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੇ, ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੇ, ਵਿਸਰ ਨਾਹੀ ਦਾਤਾਰ ਆਪਣਾ ਸਰਨਾਹੀ ਦਾਤਾਰ, ਗੁਣ ਗਾਵਾਂ ਦਿਨ ਰਾਤ, ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਨਾਨਕ ਜਾਓਗੇ ਹੋ ਵਿਸਰਨਾਹੀ ਦਾਤਾਰ ਆਪਣਾ।
ਵਾਹਿਗੁਰੂ। ਮੈਨੂੰ ਕਿੱਥੋਂ ਨਾਮ ਦੀ ਦਾਤ ਪ੍ਰਾਪਤ ਹੋਵੇ, ਮੈਂ ਕਿਹਨਾਂ ਦੀ ਸੰਗਤ ਕਰਾਂ ਜਿਸ ਕਰਕੇ ਮੈਨੂੰ ਨਾਮ ਵਿਸਰੇ ਨਾ, ਕਿਉਂਕਿ ਮੈਂ ਤਾਂ ਤ੍ਰਿਸ਼ਨਾ ਦੀ ਨਦੀ ਵਿੱਚ ਰੁੜਿਆ ਜਾ ਰਿਹਾ। ਮੇਰੀ ਬਾਂਹ ਫੜ ਲੈ, ਮੈਨੂੰ ਸੁਮਤੀ ਬਖਸ਼, ਮੇਰਾ ਜੀਵਨ ਕਿਵੇਂ ਸਫਲ ਹੋਵੇ। ਤਾਂ ਹਜ਼ੂਰ ਕਹਿੰਦੇ ਹਨ, ਭਾਈ ਜੇ ਨਾਮ ਜਪਣਾ ਚਾਹੁੰਦਾ ਹੈ ਤਾਂ ਫਿਰ ਜਪਣ ਵਾਲਿਆਂ ਦੀ ਸੰਗਤ ਕਰ। ਨਾਮ ਨਿਧਾਨ ਅਪਾਰ ਭਗਤਾਂ ਮਨ ਵਸੈ। ਮਹਾਂਪੁਰਖਾਂ ਦੇ ਹਿਰਦੇ ਵਿੱਚ ਨਾਮ ਵਸ ਰਿਹਾ ਤੇ ਜਦੋਂ ਤੂੰ ਉਹਨਾਂ ਦੀ ਸੰਗਤ ਕਰੇਗਾ ਤੈਨੂੰ ਵੀ ਨਾਮ ਮਿੱਠਾ ਲੱਗੇਗਾ, ਤੇਰਾ ਵੀ ਜਪਣ ਨੂੰ ਜੀ ਕਰੇਗਾ। ਕਿਉਂਕਿ ਸੰਸਾਰ ਵਿੱਚ ਦੋ ਪ੍ਰਕਾਰ ਦੀ ਸੰਗਤ ਹੈ, ਇੱਕ ਸੰਗਤ ਨਰਕਾਂ ਵੱਲ ਲੈ ਜਾਂਦੀ ਹੈ, ਇੱਕ ਸੰਗਤ ਪ੍ਰਭੂ ਦੇ ਨਾਲ ਮਿਲਾਪ ਕਰਾਉਂਦੀ ਹੈ। ਜਿਸ ਤਰ੍ਹਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਸਿੱਖ ਪੰਥ ਦੇ ਵੇਦ ਵਿਆਸ ਹੋਏ ਹਨ, ਉਹਨਾਂ ਨੇ ਕੁਝ ਦ੍ਰਿਸ਼ਟਾਂਤ ਦੇ ਕੇ ਸਮਝਾਇਆ ਕਿ ਕਾਹੂ ਦਿਸ਼ਾ ਕੇ ਪਵਨ ਗਮਨ ਕੇ ਬਰਖਾ ਹੈ, ਕਾਹੂ ਦਿਸ਼ਾ ਕੇ ਪਵਨ ਬਾਦਲ ਬਲਾਤ ਹੈ। ਆਖਿਆ ਇੱਕ ਹਵਾ ਐਸੀ ਮੁਬਾਰਕ ਹਵਾ ਆਉਂਦੀ ਹੈ ਕਿ ਬੱਦਲਾਂ ਨੂੰ ਲੈ ਆਉਂਦੀ ਹੈ, ਬੱਦਲ ਵਰਸਦੇ ਹਨ, ਸੰਸਾਰ ਤੇ ਠੰਡ ਵਰਤਦੀ ਹੈ, ਜੀ ਜੰਤ ਹਰਿਆਵਲੇ ਹੁੰਦੇ ਹਨ, ਧਰਤੀ ਪ੍ਰਫੁੱਲਤ ਹੁੰਦੀ ਹੈ। ਤੇ ਇੱਕ ਹਵਾ ਐਸੀ ਵੀ ਆਉਂਦੀ ਹੈ, ਬੱਦਲ ਵਰਸਣ ਵਾਲਾ ਹੁੰਦਾ, ਬੱਦਲਾਂ ਨੂੰ ਉਡਾ ਕੇ ਹੀ ਲੈ ਜਾਂਦੀ ਹੈ। ਇਸੇ ਤਰ੍ਹਾਂ ਹੀ ਸੰਸਾਰ ਵਿੱਚ ਦੋ ਪ੍ਰਕਾਰ ਦੀ ਸੰਗਤ ਹੈ, ਕਾਹੂ ਦਿਸ਼ਾ ਕੇ ਪਵਨ ਗਮਨ ਕੇ ਬਰਖਾ ਹੈ। ਭਾਈ ਸਾਹਿਬ ਕਹਿ ਰਹੇ ਹਨ, ਕਾਹੂ ਦਿਸ਼ਾ ਕੇ ਪਵਨ ਗਮਨ ਕੇ ਬਰਖਾ ਹੈ, ਕਾਹੂ ਦਿਸ਼ਾ ਕੇ ਪਵਨ ਬਾਦਲ ਬਲਾਤ ਹੈ, ਕਾਹੂ ਜਲ ਪਾਣ ਕੀਏ ਕਾਹੂ ਜਲ ਪਾਨ ਕੀਏ ਰਹਿਤ ਅਰੋਗ ਦੇਹੀ, ਕਾਹੂ ਜਲ ਪਾਨ ਵਿਆਪੇ ਬਿਰਥਾ ਬਿਲਲਾਤ ਹੈ। ਕਿਸੇ ਧਰਤੀ ਦਾ ਐਸਾ ਨਿਰਮਲ ਜਲ ਜੋ ਪੀਤਿਆਂ ਸਰੀਰ ਅਰੋਗ ਹੋ ਜਾਂਦਾ, ਤੇ ਕਿਸੇ ਧਰਤੀ ਦਾ ਐਸਾ ਕਠੋਰ ਜਲ ਵੀ ਹੁੰਦਾ ਜੋ ਅਰੋਗ ਸਰੀਰ ਨੂੰ ਨਿਤ ਦਾ ਰੋਗੀ ਬਣਾ ਦਿੰਦਾ। ਆਖਿਆ ਬਈ ਨਾਮ ਦੋਹਾਂ ਦਾ ਹੀ ਜਲ ਹੈ, ਪਰ ਇੱਕ ਜਲ ਸੁਖ ਰੂਪ ਹੈ, ਇੱਕ ਦੁੱਖ ਰੂਪ ਹੈ। ਇਸੇ ਪ੍ਰਕਾਰ ਸੰਸਾਰ ਵਿੱਚ ਸੰਗਤ ਵੀ ਦੋ ਪ੍ਰਕਾਰ ਦੀ ਹੈ, ਕੁਸੰਗਤ ਪ੍ਰਾਪਤ ਹੋ ਜਾਏ ਤਾਂ ਜਿਉਂਦਿਆਂ ਹੀ ਨਰਕ ਬਣਾ ਦਿੰਦੀ ਹੈ, ਸਤ ਸੰਗਤ ਪ੍ਰਾਪਤ ਹੋ ਜਾਏ ਤਾਂ ਪ੍ਰਭੂ ਦੇ ਨਾਲ ਮਿਲਾਪ ਕਰਾ ਦਿੰਦੀ ਹੈ। ਇਸ ਲਈ ਆਪ ਜਲ ਦਾ ਦ੍ਰਿਸ਼ਟਾਂਤ ਦੇ ਰਹੇ ਹਨ, ਕਾਹੂ ਜਲ ਪਾਨ ਕੀਏ ਰਹਿਤ ਅਰੋਗ ਦੇਹੀ, ਕਾਹੂ ਜਲ ਪਾਨ ਵਿਆਪੇ ਬਿਰਥਾ ਬਿਲਲਾਤ ਹੈ, ਕਾਹੂ ਗ੍ਰਹਿ ਕੀ ਅਗਨ ਪਾਕ ਸਾਕ ਸਿੱਧ ਕਰੇ, ਕਾਹੂ ਗ੍ਰਹਿ ਕੀ ਅਗਨ ਪਾਕ ਸਾਕ ਸਿੱਧ ਕਰੇ, ਕਾਹੂ ਗ੍ਰਹਿ ਕੀ ਅਗਨ ਭਵਨ ਜਲਾਤ ਹੈ, ਉਹ ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਤ। ਅਗਨੀ ਦਾ ਦ੍ਰਿਸ਼ਟਾਂਤ ਦਿੱਤਾ,
ਆਖਿਆ ਅਗਨੀ ਸਾਡੇ ਕਿੱਡੇ ਕਾਰਜ ਸਵਾਰਦੀ ਹੈ। 36 ਪ੍ਰਕਾਰ ਦੇ ਭੋਜਨ ਅਗਨੀ ਦੀ ਸਹਾਇਤਾ ਨਾਲ ਤਿਆਰ ਹੁੰਦੇ ਹਨ, ਅਨੇਕਾਂ ਕੰਮ ਸਵਾਰਦੀ ਹੈ। ਤੇ ਹੈ ਉਹ ਵੀ ਅਗਨੀ ਜੋ ਕਰੋੜਾਂ ਦੀ ਜਾਇਦਾਦ ਨੂੰ ਜਲਾ ਕੇ ਰਾਖ ਕਰ ਦਿੰਦੀ। ਇਸੇ ਤਰ੍ਹਾਂ ਤੇਰਾ ਜੀਵਨ ਹੈ, ਜੇ ਕੁਸੰਗਤ ਮਿਲ ਜਾਵੇ ਤਾਂ ਬਰਬਾਦ, ਤੇ ਜੇ ਸਤਸੰਗਤ ਮਿਲ ਜਾਵੇ ਤਾਂ ਆਉਣਾ ਸਫਲ ਹੋ ਜਾਂਦਾ। ਭਾਈ ਸਾਹਿਬ ਅਗਨੀ ਦਾ ਦ੍ਰਿਸ਼ਟਾਂਤ ਦੇ ਰਹੇ ਹਨ। ਕਾਹੂ ਗ੍ਰਹਿ ਕੀ ਅਗਨ ਪਾਕ ਸਾਕ ਸਿੱਧ ਕਰੇ, ਕਾਹੂ ਗ੍ਰਹਿ ਕੀ ਅਗਨ ਭਵਨ ਜਲਾਤ ਹੈ, ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਤ, ਕਾਹੂ ਕੀ ਸੰਗਤ ਮਿਲ ਜਮਪੁਰ ਜਾਤ ਹੈ। ਵਿਸਰਨਾ ਹੀ ਦਾਤਾਰ ਆਪਣਾ ਨਾਮ ਦਿਓ, ਵਿਸਰਨਾ ਹੀ ਦਾਤਾਰ ਗੁਣ ਗਾਵਾ ਦਿਨ ਰਾਤ, ਗਾਵਾ ਦਿਨ ਰਾਤ ਗੁਣ ਗਾਵਾ ਦਿਨ ਰਾਤ, ਨਾਨਕ ਚਾਵੇ ਹੋ ਵਿਸਰਨਾ।
ਮੇਰੀ ਮੇਰੀ ਧਾਰ ਬੰਧਨ ਬੰਧਿਆ ਮੇਰੀ ਮੇਰੀ ਧਾਰ ਬੰਧਨ ਬੰਧਿਆ ਨਰਕ ਸੁਰਗ ਅਵਤਾਰ ਮਾਇਆ
ਜਨਮ ਤੇ ਆਵੇ ਜਾਹੇ ਅਨੇਕ ਮਰ ਮਰ ਜਨਮ ਤੇ ਬਿਨ ਪੂਜੇ ਸਭ ਵਾਦ ਜੋਨੀ ਪਰਮ ਤੇ ਬਿਨ ਪੂਜੇ ਸਭ ਵਾਦ ਬਹੁਤ
अनंत के खोजे कोट असंख खोजे कोट असंख बहुत अनंत के जिस बुझाए आप नेड़ा तिस शुकराना, शुकराना, गुरु
ਸ਼ੁਕਰਾਨਾ, ਗੁਰੂ ਜੀ ਤੇਰਾ ਸ਼ੁਕਰਾਨਾ, ਦਰ ਤੇਰੇ ਆ ਕੇ ਸਜਦਾ ਕਰਨਾ ਇੱਕ ਅਸੂਲ ਹੋ ਗਿਆ, ਦਰ ਤੇਰੇ ਆ ਕੇ ਸਜਦਾ ਕਰਨਾ ਇੱਕ ਅਸੂਲ ਹੋ ਗਿਆ, ਦੁਨੀਆਦਾਰੀ ਦਾ ਮਸਲਾ ਤਾਂ ਹੁਣ ਫਿਜ਼ੂਲ ਹੋ ਗਿਆ, ਦੁਨੀਆਦਾਰੀ ਦਾ ਮਸਲਾ ਤਾਂ ਹੁਣ ਫਿਜ਼ੂਲ ਹੋ ਗਿਆ, ਤੂੰ ਕੀਤੀਆਂ ਨੇ ਰਹਿਮਤਾਂ ਦੀਆਂ ਬਾਰਿਸ਼ਾਂ ਇਸ ਤਰ੍ਹਾਂ, ਕੀਤੀਆਂ ਨੇ ਰਹਿਮਤਾਂ ਦੀਆਂ ਬਾਰਿਸ਼ਾਂ ਇਸ ਤਰ੍ਹਾਂ, ਤੈਨੂੰ ਸੀਸ ਨਿਵਾਉਣਾ ਮੈਨੂੰ ਬਸ ਕਬੂਲ ਹੋ ਗਿਆ, ਤੈਨੂੰ ਸੀਸ ਨਿਵਾਉਣਾ ਮੈਨੂੰ ਬਸ ਕਬੂਲ ਹੋ ਗਿਆ, ਸ਼ੁਕਰਾਨਾ ਸ਼ੁਕਰਾਨਾ ਗੁਰੂ ਜੀ ਤੇਰਾ ਸ਼ੁਕਰਾਨਾ, ਗੁਰੂ ਜੀ ਤੇਰਾ ਸ਼ੁਕਰਾਨਾ, ਸ਼ੁਕਰਾਨਾ ਸ਼ੁਕਰਾਨਾ ਗੁਰੂ ਜੀ ਤੇਰਾ ਸ਼ੁਕਰਾਨਾ, ਗੁਰੂ ਜੀ ਤੇਰਾ ਸ਼ੁਕਰਾਨਾ। ਚੋਲੀਆਂ ਪਰ ਪਰ ਕੇ ਪਿਆਰ ਤੇਰਾ ਮਿਲਿਆ, ਚੋਲੀਆਂ ਪਰ ਪਰ ਕੇ, ਚੋਲੀਆਂ ਪਰ ਪਰ ਕੇ, ਪਿਆਰ ਲੈ ਕੇ ਤੇਰਾ ਹਰ ਕੋਈ ਨਿਹਾਲ ਹੋ ਗਿਆ, ਪਿਆਰ ਲੈ ਕੇ ਤੇਰਾ ਹਰ ਕੋਈ ਨਿਹਾਲ ਹੋ ਗਿਆ, ਖੁਸ਼ੀਆਂ ਨਾਲ ਗੁਰੂ ਜੀ ਉਹ ਤਾਂ ਮਾਲਾਮਾਲ ਹੋ ਗਿਆ, ਖੁਸ਼ੀਆਂ ਨਾਲ ਗੁਰੂ ਜੀ ਉਹ ਤਾਂ ਮਾਲਾਮਾਲ ਹੋ ਗਿਆ, ਸ਼ੁਕਰਾਨਾ ਸ਼ੁਕਰਾਨਾ ਗੁਰੂ ਜੀ ਤੇਰਾ ਸ਼ੁਕਰਾਨਾ, ਗੁਰੂ ਜੀ ਤੇਰਾ ਸ਼ੁਕਰਾਨਾ, ਸ਼ੁਕਰਾਨਾ ਦਿਖਾਉਂਦੀ ਏ ਅਹਿਸਾਨ ਰਹੇ ਜਤਾਉਂਦੀ, ਦੁਨੀਆ ਝੂਠਾ ਪਿਆਰ ਦਿਖਾਉਂਦੀ ਏ ਅਹਿਸਾਨ ਰਹੇ ਜਤਾਉਂਦੀ, ਮਤਲਬ ਦੀ ਇਸ ਦੁਨੀਆ ਦੇ ਵਿੱਚ ਤੇਰਾ ਸਾਇਆ ਹੀ
ਨੀਹਾਂ ਮਸਾਇਆ, ਮਤਲਬ ਦੀ ਇਸ ਦੁਨੀਆਂ ਦੇ ਵਿੱਚ ਤੇਰਾ ਸਾਇਆ ਹੀ ਮਸਾਇਆ। ਸ਼ੁਕਰਾਨਾ जय गुरु जी की। अब हम मंत्र जाप करेंगे।
प्रभु हरे शिव हरे।
विश्वाहन साजे। ओम जय शिव शिवा।